ਸ੍ਰੀਕਾਲ ਜੀ, ਅੱਜ ਕਰਨ ਜਾ ਰਹੇ ਹਾਂ ਪੰਜਾਬੀ ਸ਼ੋਰਟਹੈਂਡ ਦੇ ਵਿੱਚ ਪੈਰੇ ਵੀ ਕੁਛ ਮਿਲੇ ਸੀ ਨਵੀਂ ਚੰਗੀ ਵਰਡਿੰਗ ਵਿੱਚ ਸੀ ਆਪਣੇ ਲਿਖਣ ਵਾਲੀ ਆਪਣੇ ਕੰਮ ਦੀ ਵਰਡਿੰਗ ਹੈਗੀ ਆ, ਡਿਫੀਕਲਟ ਵਰਡ ਕਾਫੀ ਹੈਗੇ ਆ ਅਤੇ ਉਹ 'ਚ ਪੈਰਾ ਅੱਜ ਲਿਖਦੇ ਹਾਂ। ਠੀਕ ਆ, ਦੇਖਦੇ ਕਿੰਨੇ ਕੁ ਵਰਡ ਤੋਂ ਲਿਖੇ ਜਾਂਦੇ ਆ ਅਤੇ ਥੋੜ੍ਹੀ ਰੈਸਟ ਵਿੱਚ ਦਵਾ ਦਾਂਗੇ, ਲਗਾਤਾਰ ਚੱਲਾਂਗੇ। ਹਾਂਜੀ, ਲਿਖੋ ਜੀ। 6 ਸਾਲ ਪਹਿਲਾਂ ਮੋਦੀ ਸਰਕਾਰ ਨੇ ਪ੍ਰਸ਼ਾਸਨ ਸੰਭਾਲਦਿਆਂ ਇਹ ਨੀਤੀਗਤ ਫੈਸਲਾ ਕੀਤਾ ਸੀ ਕਿ ਉਹ ਆਪਣੇ ਦੱਖਣੀ ਏਸ਼ੀਆ ਦੇ ਗਵਾਂਢੀ ਮੁਲਕਾਂ ਨਾਲ ਚੰਗੇ ਸੰਬੰਧ ਬਣਾ ਕੇ ਰੱਖੇਗੀ। ਡੰਡੀ ਆਪਸੀ ਮਿਲਵਰਤਨ ਨਾਲ ਇਸ ਖਿੱਤੇ ਵਿੱਚ ਹਰ ਤਰ੍ਹਾਂ ਦੇ ਵੱਡੇ ਸੁਧਾਰ ਕੀਤੇ ਜਾਣਗੇ। ਡੰਡੀ ਸਾਰਕ ਸੰਸਥਾ ਦੇ ਸਥਾਪਨਾ ਅਤੇ ਇਸ ਨੂੰ ਮਜ਼ਬੂਤ ਕਰਨ ਦੀ ਭਾਵਨਾ ਵੀ ਅਜਿਹੀ ਹੀ ਸੀ। ਡੰਡੀ ਪਰ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਜਿੱਥੇ ਪਾਕਿਸਤਾਨ ਨਾਲ ਭਾਰਤ ਦੇ ਸੰਬੰਧ ਅਕਸਰ ਵਿਗੜੇ ਰਹੇ ਉੱਥੇ ਬਰਮਾ, ਨੇਪਾਲ, ਸ਼੍ਰੀ ਲੰਕਾ ਅਤੇ ਬਾਅਦ ਵਿੱਚ ਬੰਗਲਾਦੇਸ਼ ਨਾਲ ਵੀ ਭਾਰਤ ਦੇ ਸੰਬੰਧ ਵਧੇਰੇ ਕਰਕੇ ਸਖਾਵੇਂ ਬਣੇ ਰਹੇ ਹਨ। ਡੰਡੀ ਉਂਝ ਬਰਮਾ ਵਿੱਚ ਸਿਆਸੀ ਉਥਲ ਪੁਥਲ ਕਰਕੇ ਅਤੇ ਰੋਹਿੰਗਾ ਸ਼ਰਨਾਰਥੀਆਂ ਦੇ ਮਸਲੇ 'ਤੇ ਤਣਾਅ ਜ਼ਰੂਰ ਬਣਿਆ ਰਿਹਾ। ਡੰਡੀ ਇਸੇ ਤਰ੍ਹਾਂ ਸ਼੍ਰੀ ਲੰਕਾ ਵਿੱਚ ਤਾਮਿਲ ਦੇ ਸੰਘਰਸ਼ ਦੌਰਾਨ ਦੋਵਾਂ ਦੇਸ਼ਾਂ ਵਿੱਚ ਤਣਾਅ ਪੈਦਾ ਹੋਇਆ। ਡੰਡੀ ਬੰਗਲਾਦੇਸ਼ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਵੱਡੀਆਂ ਸਿਆਸੀ ਤਬਦੀਲੀਆਂ ਹੋਣ ਦੇ ਬਾਵਜੂਦ ਉਸ ਨਾਲ ਭਾਰਤ ਦੇ ਸੰਬੰਧ ਚੰਗੇ ਬਣੇ ਰਹੇ। ਡੰਡੀ ਜਿੱਥੋਂ ਤੱਕ ਨੇਪਾਲ ਦਾ ਸੰਬੰਧ ਹੈ, ਭਾਰਤ ਨਾਲ ਇਸ ਦੇ ਸਦੀਆਂ ਪੁਰਾਣੇ ਸੰਬੰਧ ਹਨ। ਡੰਡੀ ਦੋਵਾਂ ਦੇਸ਼ਾਂ ਦੇ ਲੋਕ ਇੱਕ ਦੂਸਰੇ ਲਈ ਕਦੇ ਵੀ ਓਪਰੇ ਨਹੀਂ ਰਹੇ। ਡੰਡੀ ਲੱਖਾਂ ਹੀ ਨੇਪਾਲੀ ਭਾਰਤ ਵਿੱਚ ਬਿਨਾਂ ਰੋਕ ਟੋਕ ਤੋਂ ਆ ਕੇ ਵੱਸਦੇ ਰਹੇ ਹਨ। ਡੰਡੀ ਭਾਰਤੀ ਮੂਲ ਦੇ ਲੋਕ ਵੀ ਨੇਪਾਲ ਨੂੰ ਹਮੇਸ਼ਾ ਆਪਣਾ ਸਮਝਦੇ ਰਹੇ ਹਨ। ਡੰਡੀ ਦੋਵਾਂ ਦੇਸ਼ਾਂ ਦੀ 1700 ਕਿਲੋਮੀਟਰ ਸਰਹੱਦ ਖੁੱਲ੍ਹੀ ਰਹੀ ਹੈ। ਡੰਡੀ ਲੋਕ ਬੇਰੋਕ ਟੋਕ ਆਉਂਦੇ ਜਾਂਦੇ ਰਹੇ ਹਨ। ਡੰਡੀ ਸਾਲ 1950 ਵਿੱਚ ਹੋਈ ਸੰਧੀ ਤੋਂ ਬਾਅਦ ਇਹ ਦੋਸਤੀ ਖਾਸ ਸੰਬੰਧਾਂ ਵਿੱਚ ਬਦਲ ਗਈ ਸੀ। ਡੰਡੀ ਪਿਛਲੇ ਦਹਾਕਿਆਂ ਵਿੱਚ ਨੇਪਾਲ ਵਿੱਚ ਵੱਡੀਆਂ ਰਾਜਨੀਤਿਕ ਤਬਦੀਲੀਆਂ ਦੇਖਣ ਨੂੰ ਮਿਲੀਆਂ, ਜਿਸ ਵਿੱਚ ਨੇਪਾਲ ਦੇ ਰਾਜਾਸ਼ਾਹੀ ਤੋਂ ਲੈ ਕੇ ਲੋਕਤੰਤਰ ਦਾ ਸਫ਼ਰ ਤੈਅ ਕੀਤਾ। ਡੰਡੀ ਲੰਮੇ ਸੰਘਰਸ਼ ਤੋਂ ਬਾਅਦ ਰਾਜਾਸ਼ਾਹੀ ਤੋਂ ਨਜਾਤ ਪਾਉਣ ਤੋਂ ਪਿੱਛੋਂ ਇੱਥੇ ਵੱਖ ਵੱਖ ਸਿਆਸੀ ਪਾਰਟੀਆਂ ਗੱਠਜੋੜਾਂ ਦੇ ਰੂਪ ਵਿੱਚ ਸੱਤਾ 'ਚ ਆਉਂਦੀਆਂ ਜਾਂਦੀਆਂ ਰਹੀਆਂ। ਡੰਡੀ ਨੇਪਾਲ ਦੀ ਕਮਿਊਨਿਸਟ ਪਾਰਟੀ ਨੇ ਰਾਜਾਸ਼ਾਹੀ ਵਿਰੁੱਧ ਲੰਮਾ ਸੰਘਰਸ਼ ਵਿੱਢੀ ਰੱਖਿਆ। ਡੰਡੀ ਪਿੱਛੋਂ ਲੰਮੀ ਸੋਚ ਵਿਚਾਰ ਤੋਂ ਬਾਅਦ ਨਵਾਂ ਨੇਪਾਲੀ ਸੰਵਿਧਾਨ ਹੋਂਦ ਵਿੱਚ ਆਇਆ। ਡੰਡੀ ਕਮਿਊਨਿਸਟ ਪਾਰਟੀਆਂ ਤੋਂ ਇਲਾਵਾ ਨੇਪਾਲੀ ਕਾਂਗਰਸ, ਰਾਸ਼ਟਰੀ ਜਨਤਾ ਪਾਰਟੀ ਅਤੇ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਦਾ ਇੱਥੇ ਆਧਾਰ ਬਣਿਆ ਰਿਹਾ। ਡੰਡੀ ਦੂਜੇ ਪਾਸੇ ਕਮਿਊਨਿਸਟ ਪਾਰਟੀ ਨੂੰ ਵਧੇਰੇ ਲੋਕ ਹੁੰਗਾਰਾ ਮਿਲਣ ਤੋਂ ਬਾਅਦ ਇਹ ਕੇਪੀ ਸ਼ਰਮਾ ਉੱਲੀ ਦੀ ਅਗਵਾਈ ਵਿੱਚ ਮਜ਼ਬੂਤ ਆਧਾਰ ਬਣਾ ਰਹੀ ਹੈ। ਡੰਡੀ ਕਮਿਊਨਿਸਟ ਪਾਰਟੀ ਅਤੇ ਉੱਲੀ ਦਾ ਝੁਕਾਅ ਕਾਫੀ ਹੱਦ ਤੱਕ ਚੀਨ ਵੱਲ ਰਿਹਾ ਹੈ। ਡੰਡੀ ਚੀਨ ਭਾਰਤ ਪ੍ਰਤੀ ਆਪਣੀਆਂ ਨੀਤੀਆਂ ਨੂੰ ਧਿਆਨ 'ਚ ਰੱਖਦਿਆਂ ਨੇਪਾਲ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਕਰਦਾ ਰਿਹਾ ਹੈ। ਡੰਡੀ ਚੀਨ ਨੇ ਵਨ ਬੈਲਟ ਵਨ ਰੋਡ ਪ੍ਰੋਜੈਕਟ ਲਈ ਵੀ ਨੇਪਾਲ ਨੂੰ ਵੱਡੇ ਕਰਜ਼ੇ ਦੇ ਕੇ ਆਪਣੇ ਨਾਲ ਜੋੜ ਲਿਆ ਹੈ। ਡੰਡੀ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਸਮੇਂ
नेपाल नाल अनेकां संधियां हुंदियां रहियां हन, जिन्हां राहीं दोवां देशां दियां सीमावां वी निर्धारित कीतियां जांदियां रहियां हन। डंडी इह संधि हुण तक दोवां देशां दियां सीमावां दा आधार बनिया रहियां हन। डंडी हुण सीमावां दा विवाद एक बार फिर इस लई वध्या है क्योंकि मई दे पहले हफ्ते कैलाश मान सरोवर दी यात्रा नूं होर सौख्या बनाउण लई भारत वल्लों 180 किलोमीटर लंबी नवी सड़क का उद्घाटन किया गया। डंडी ए सड़क भारतीय इलाके चों गुजरती है। डंडी पर नेपाल ने भारत दे राज उत्तराखंड दे पिथौरागढ़ दे लिपुलेख अते काला पानी नूं अपना इलाका अलांदियां नवी बनी इस सड़क ते इतराज कीता है। डंडी इस बारे दोवां देशां विच गैर रस्मी गल्लबात भी चलदी रही है। डंडी पर हुण नेपाल वल्लों इस मसले ते अपने सख्त रुख के भारत नूं बहुत हैरान कीता, इस नाल भारत दी परेशानी वध गई है। डंडी इत्थे ही बसनी हुण कम्युनिस्ट पार्टी दी अगवाई वाली सरकार ने अपने वल्लों एक नक्शा तैयार कीता है जिस विच लिपुलेख काला पानी लिपदी धुरा ते 335 वर्ग किलोमीटर भारतीय लोकां नूं अपना दर्शाया गया है। डंडी इत्थे ही बसनी इस संबंधी संसद विच एक संवैधानिक सोध लई बिल पेश करके हेठले सदन तों सर्बसम्मति नाल उस नूं पास भी करवा लिया गया है। डंडी हुण इह उपरले सदन विच पेश कीता जाना है। डंडी बिना शक नेपाल दी सरकार दे इस कदम नाल दोवां देशां विच तनाव वध सकदा है जिस नूं मंदभागा ही कहा जा सकदा है। डंडी भारत नूं अपने इस गवांडी देश नाल अपने पहलां वर्गे संबंध बनाई रखण लई वड्डे यतन करन दी जरूरत होवेगी तां जो चीन दे अराध्या नूं ठल पाई जा सके। डंडी पैरा हाँ जी इत्थे पैरा अपने नोट पैड तुसी ला लो भी बाद च पैरा लब्भण सौखा रहे। जे इत्थे भी टैप करना चाहुंदे तुसी इस वीडियो नूं इत्थे पॉज कर लो ते टैप कर सकदे हो ते उस तों बाद नैक्सट अगे तुसी कर सकदे बाद विचों जे करना ही तां कर लैंदे आ। हाँ जी नैक्सट लिखो पैरा जे कट्ठा टैप करना कट्ठा कर लियो ते जे इन्ना करना हैगा तुसी हुण इहनूं पॉज करके वीडियो नूं कर सकदे हो। हाँ जी लिखो जी बी बीसी वर्ल्ड न्यूज़ चैनल दुनिया भर विच वेख्या जांदा है। डंडी हार्ट अटैक इस दी उच्च म्यारी ते चर्चित प्रोग्राम है। डंडी ए आमने सामने इंटरव्यू ते आधारित है। डंडी इस विच कमांतरी राजनीतिक नेतावां नीति घाड़ियां अते वख-वख खेतरां दियां चोणवियां हस्तियां नूं शामिल कीता जांदा है। डंडी चर्चित इस करके है जिस भी मुद्दे मसले जां पक्ष दे विषय दुआले केंद्रित मुलाकात हुंदी है उस संबंधी उह सारे सख्त सवाल पूछे जांदे हन जिन्हां दे उत्तर दुनिया जानना चाहुंदी है। डंडी बीबीसी इंग्लैंड दा सरकारी नेटवर्क है। डंडी सरकार द्वारा फंडिंग कीती जांदी है। डंडी इंग्लैंड विच रेडियो टेलीविजन दी वरतों करन वाले हरेक व्यक्ति जां परिवार नूं लाइसेंस लेना पैंदा है। डंडी उस लाइसेंस लई निश्चित फीस तारनी पैंदी है। डंडी ओ फीस इकट्ठी होके एक वड्डी रकम बन जांदी है। डंडी उस रकम नाल बीबीसी दे वख-वख चैनल चलदे हन। डंडी इश्तहार प्रसारित नहीं कीते जांदे। डंडी जे उत्थों दी सरकार दा कोई वड्डा नेता इस प्रोग्राम विच शामिल होवे प्रश्न उसनूं
वे सदै स्पष्ट ते सख्त ही पुछे जाते हैं डंडी। यह बीबीसी दे विलखणता यही विशेषता है डंडी, इसलिए बीबीसी दे ताक है डंडी, इसलिए यह वड्डा ब्रांड है, इस विच उस दे भरोसे योग्यता है डंडी। पर कोरोना काल दौरान रोजाना कुछ समय ले मैं बीबीसी वेखदा हाँ जा डीडी न्यूज डंडी, निजी चैनलों ने अपने म्यार नूं बहुत डेग लिया है डंडी। एनडी टीवी ने भी खुद नूं प्रवासी मजदूरां दे मसले तक सीमित कर लिया है, जिवें कोरोना ने होर कोई समस्या ही पैदा ना कीती होवे डंडी। बीबीसी संतुलित रहिंदिआं पैदा होईआं स्थितिआं दे गहराई विच समीक्षा करदा है डंडी, उस दे कुछ पलां दी खबर बहुत कुछ कह समझा जांदी है डंडी। साडे निजी चैनलां वांग पानी च मदानी पाके बैठे नहीं रहिंदे डंडी। वीरवार जद हार्ट अटैक प्रोग्राम वेखन लई बीबीसी लगाया तां हांगकांग समस्या संबंधी संवाद जारी सी डंडी। सीमन चेंज दा कहना सी के सानू लोकतंत्र लई संघर्ष करन दी लोड़ है डंडी। ए प्रोग्राम 1997 विच आरंभ होया सी डंडी, इस तहत भखदे मसलियां संबंधी संवेदनशील सवाल पूछे जांदे हन डंडी। मौजूदा शख्सियत दे जिंदगी दे उतरा चढ़ा संबंधी सवाल भी प्रोग्राम दा हिस्सा बनदे हन डंडी। इस तरह हार्ट अटैक आर्केस्ट्रा प्रोग्राम पेश कीता जांदा है, जिस तहत कला ते सभ्याचार नाल जुड़ियां शख्सियतां नूं पेश कीता जांदा है डंडी। दो दहाके तों पेश कीते जा रहे प्रोग्राम हार्ट अटैक विच जाना हर किसी लई माण वाली गल समझी जांदी है डंडी। हुण तक 4500 तों वध मेहमान इस प्रोग्राम विच इंटरव्यू लई बैठ चुके हन डंडी। प्रोग्राम दा दायरा पूरी दुनिया है डंडी, इसलिए इस विच नेल्सन मंडेला डोनाल्ड ट्रंप अते बेनजीर भुट्टो जहे नेता भी बैठ चुके हन डंडी। इस दा वर्तमान एंकर स्टीफन सैकर है डंडी, जिसनों बीबीसी दे सत्कारत पत्रकार वजों जानिया जांदा है डंडी। प्रोग्राम दे संपादक दा कहना है कि असी हमेशा दर्शकां नूं ध्यान विच रखदे हां डंडी, दर्शक चाहुंदे हन कि असी औखे तों औखे सवाल पुछिए डंडी। स्टीफन सैकर दा कहना है कि यह एक अनोखा इंटरव्यू शो है, जिस विच बौद्धिक पद्धर दे गलबात हुंदी है डंडी। बीबीसी वर्ल्ड न्यूज चैनल दुनिया दे 200 देशां विच वेख्या जांदा है डंडी। 1,73,00,000 20 लख घरां कोल यह चैनल वेखण दी सहूलत है डंडी। वर्ल्ड न्यूज अमरीका, वर्ल्ड न्यूज टूडे, फोकस ऑन अफ्रीका, बियोंग, 100 डेज, न्यूज नाइट, बिजनेस लाइव, एशिया बिजनेस रिपोर्ट, आउटसाइड सोर्स, एशिया टुडे, ट्रैवल, हेल्थ शो, इंडिया बिजनेस रिपोर्ट उसदे होर चर्चित प्रोग्राम हन डंडी। बीबीसी नेटवर्क द्वारा दावा करता है कि वह दर्शकों के विश्वास नूं बनाई रखन लई पत्रकारी दियां उच्च मियारी कदरां कीमतां दी पालना करता है डंडी। बिना किसी पक्षपात दे खबर दी सच्चाई नूं सामने लिआउंदा है डंडी। बीबीसी ए भी दावा करता है कि उस दा
मिशन लोक हितां दे सेवा है डंडी, परंतु सच्चाई ए भी है कि जिमें जिमें अंतरराष्ट्रीय भाईचारे दरम्यान विरोध वधदे जा रहे हन, तिवें तिवें मित्रता ते दुश्मनी दी नवीं इबारत लिखी जा रही है डंडी। इस दी रोशनी विच किसे कमांतरी प्रभाव ते पहुंच वाले मीडिया दवाले मीडिया अदारे वालों मुकम्मल निरपक्षता नाल विचरना सुखाला कार्ज नहीं, क्योंकि उस ने अपने करीबी मुल्कां दा पक्ष पूरना है अते विरोधी देशां दी गलती नूं हवा देनी है डंडी। इस पक्षों बीबीसी दी भी थोड़ी बहुत नुक्ताचीनी होण लगी है डंडी। हाँ जी, इस अपने मीडिया बारे तुम्हें पता ही मीडिया बारे की चलता पाया, मीडिया इंडिया वाले का मीडिया का बहुत माड़ा हाल, जितों पैसे मिल जाते उधर की गल कर लागू पेंदे। ठीक है, इस वीडियो में पॉज कर सकते हैं जो इन पैरा करने इस टैप करना है। ठीक है, काफ़ी वर्ड में नवे से जिम्मे चैनल के नाम से प्रोग्राम के नाम से, वो तुम्हें मैं वट्स नंबर से यदि फोटो दूंगा उत्थे लिखने हैं उतों करने हैं। ठीक है, नैक्सट लिखते हैं पैरा। हाँ जी, डी डी पंजाबी चैनल दे पिछले कुछ साल बड़े अणसुखावे बीते डंडी, दर्शकों नूं वेखण सुन लई कुछ नहीं लभदा सी डंडी। करोना संकट दौरान अधिकारी पद्धर ते अदल बदल होने नाल इस दे प्रोग्राम दी रूपरेखा बदलन लगी, तां इस नूं पाठशाला दा रूप दे नाल प्रोग्रामां दा प्रसारण रुक गया डंडी। हुण पाठशाला दा समां वधा के सवेर तों शाम 4 बजे तक कर दिता गया है डंडी। उधर विद्यार्थियों दा कहना है कि सानू टैलीविजन ते पढ़न पढ़ाउण नाल कुछ समझ नहीं आ रहा डंडी। पाठशाला तो बाद जो थोड़ा बहुत समा बचता है उदों पुराने प्रोग्राम दोहराए जा रहे हन डंडी। बीते दिनों दौरान इस सिलसिले विच मैनू बहुत फोन आए डंडी, उन्हां दा कहना सी कि पुराने प्रोग्रामां दे बहुतात हो गई है डंडी, अजिही रूपरेखा आरजी तौर ते चल सकदी है डंडी। लंबे समय लई दर्शकां नूं अपने प्रोग्राम पेश करके बन्निया नहीं जा सकदा डंडी। संयुक्त राष्ट्र अमरीका विच शिया फार्म नौजवान जॉर्ज फ्लॉयड दी पुलिस दे हथों हत्या दे विरोध विच चल रहे प्रोग्रामां दे नतीजे वजों किस्टफोर्ड कोलंबस दी मूर्ति लोकां वल्लों डेग दिते गए डंडी। ए खबर भारत लई विशेष रूप नाल महत्वपूर्ण है डंडी। कोलंबस भारत दी खोज लई निकलिया सी डंडी, 1442 विच स्पेन दे राजा फर्नांडस अते राणी ईसाबेला ने उस नूं जिस समुद्री यात्रा दे मुहिम लई भेजा सी उस दा मुख उद्देश पूर्ब वल जाके भारत पहुंचना सी डंडी। कोलंबस भारत ना पहुंच के दक्षणी अमरीका पुज गया अते उस दे कदम जिस जमीन ते पए ओ कैरेबियन टापू समूह दे से डंडी, क्योंकि उसका उद्देश भारत पहुंचना से इस लई उसने अमरीका दे मूल निवासियों नू इंडियन कह के ही सद्या डंडी। इस घटना नाल यूरोपी उपनिवेशवाद की शुरुआत हुई डंडी। पर 18वीं सदी विच भारत दी उपनिवेशवाद दी लपेट विच आया सी डंडी। भारत ते कब्जा करन लई फ्रांसीसी डच अते बरतानवी उपनिवेशकां विच सख्त मुकाबला होया, जिस विच अंग्रेज
जेतु रहे डंडी। फिर करीब 190 साल तक देसी रियासतां नूं छड के ज्यादातर भारत का शासन लंडन तो चलाया जाता रहा सी। डंडी इस प्रक्रिया विच होया कि भारत विच भी कोलंबस ना सही पर जॉर्ज पंचम दी मूर्त लग गए। डंडी पता नहीं किन्निया कु सड़कां ते थावां ते ना अंग्रेजां दे ना ते रख दिते गए सन। डंडी अज जॉर्ज पंचम दी मूर्ति हटा दिती गई है अते असी चाहते हाँ कि सड़कां अते थावां दे ना दा भी भारतीकरण कर सकते हाँ। डंडी कहण दी लोड़ नहीं कि ना बदलना अते मूर्ति हटाउणा सौखा है। डंडी जेकर कोलंबस नूं उपनिवेशवाद दा रूपक मनिए तां असली औखा कम भारत दे बौद्धिक जीवन दे केंद्र विचों कोलंबस दी आदर्श मूर्ति नूं ढाउण दा है। डंडी ए आदर्श मूर्ति 18वीं सदी विच प्राचीनवाद ओरिएंटलिज्म दी योजना दे जरिए स्थापित कीती गई सी। डंडी इसे दा नतीजा है कि अज साडे बुद्धिजीवियां दा एक हिस्सा खुद नूं लिबरल जां उदारवादी कहिंदा है। डंडी कुछ खुद नूं मार्क्सवादी कहिंदे हन, कुछ समाजवादी कहिंदे हन। डंडी कुछ खुद नूं कंजरवेटिव कहाउणा पसंद करदे हन। डंडी इन्हां तमाम श्रेणियां विच वैसे तां तरां तरां दीआं वखरतावां हन पर इक समानता है। डंडी इह सारीआं 19वीं सदी दौरान भारत ते उपनिवेशवादी दे कब्जे नूं जायज कहाउण दी कवायद विच वरते जांदे रहे हन। डंडी 18वीं सदी दौरान शुरू होया बरतानवी प्राचीन भारत विच अंग्रेजी शासन नूं लंबी उम्र देण अते गैर निवेशक अधीनता नूं जायज ठहराउण दा एक बौद्धिक उपक्रम सी। डंडी इस दे केंद्र विच स्पष्ट रूप नाल भाषा अते सभ्याचार दे खेड सी। डंडी भारतीय जीवन शैली प्रति शुरुआती अंग्रेजी लगाओ अते इस दे कारण इंग्लैंड विच हुई ईस्ट इंडिया कंपनी दी आलोचना दी आड़ विच ए तथ नहीं लुक सकदा के प्राचीनवाद दा बरतानवी संस्करण उस समय की कर रहा सी। डंडी इस प्राचीनवाद दे सभ्याचार दे प्राचीन ग्रंथ खोज के उन्हां दे आधार ते सुनहरे भारती अतीत दी मनमानी रूपरेखा तैयार कीती तां के उसनूं भारत दे समकाली यथार्थ दे मुकाबले खड़ा करके अंधकारपूर्ण मध्य युग अते वर्तमान दा ढांचा तैयार कीता जा सके। डंडी अंग्रेज प्राचीनवाद तो वरतद्यां भारतवासियां विच बरतानवी शासन प्रति लगाओ कायम करन अते उन्हां दीआं जदतियां बर्दाश्त करदिआं होइआं उस नूं अंगीकार करवाउण लई उपयोगी तर्क योजना अपनाई। डंडी इस तरह प्राचीन उपनिवेशवाद नूं उपनिवेशवासकां दे गले हेठां करन दा संद बनिआ। डंडी इस उद्यम दे केंद्र विच उपनिवेशवाद दी पछाई विचारधारा दे कुछ पहलू एक खास ढंग नाल बयाने जा रहे हन, जिवें कि अंग्रेज प्राचीनवादी मनदे सन कि उन्हां ने प्राचीन ग्रंथां नूं सभ्याचार दे तत्काली पंडतां दी बेभरोसगी नूं मुक्ता करना है अते ए मकसद उन्हां दा अंग्रेजी विच अनुवाद करन दी सहायता नाल उन्हां दे शुद्धिकरण दे जरिए ही हो सकदा है। डंडी उस समय तक बरतानवी
ਵਿਦਵਾਨਾਂ ਨੂੰ ਯਕੀਨ ਹੋਣ ਲੱਗਾ ਸੀ ਕਿ ਉਹਨਾਂ ਦੀ ਭਾਸ਼ਾ ਅੰਗਰੇਜ਼ੀ ਦਾ ਮਾਨਕੀਕਰਨ ਦੇ ਰਾਹੀਂ ਸ਼ੁੱਧੀਕਰਨ ਹੋ ਚੁੱਕਾ ਹੈ ਅਤੇ ਮਿਆਰੀਕਰਨ ਦੀ ਪ੍ਰਕਿਰਿਆ ਨੇ ਉਸ ਨੂੰ ਗ੍ਰੀਕ ਅਤੇ ਲਤੀਨੀ ਵਰਗੀਆਂ ਸ਼ਾਸਤਰੀ ਭਾਸ਼ਾਵਾਂ ਦੇ ਗੁਣਾਂ ਨਾਲ ਭਰ ਦਿੱਤਾ ਹੈ। ਡੰਡੀ ਦਰਅਸਲ ਯੂਰਪ ਵਿੱਚ 17ਵੀਂ ਅਤੇ 18ਵੀਂ ਸਦੀ ਮਿਆਰੀਕਰਨ ਦੀ ਵਿਧੀ ਦੀ ਵਰਤੋਂ ਕਰਕੇ ਭਾਸ਼ਾ ਦੇ ਸ਼ੁੱਧੀਕਰਨ ਦੇ ਸੱਦਿਆਂ ਨਾਲ ਭਰੀ ਹੋਈ ਦਿਖਾਈ ਦਿੰਦੀ ਹੈ। ਡੰਡੀ ਦੂਜਾ ਪ੍ਰਾਚੀਨਵਾਦੀਆਂ ਨੇ ਹੀ ਭਾਰਤੀ ਭਾਸ਼ਾ ਪਰਿਵਾਰ ਦੀ ਧਾਰਨਾ ਦੇ ਆਧਾਰ 'ਤੇ ਸੰਸਕ੍ਰਿਤ ਬੋਲਣ ਵਾਲੇ ਗੋਰੇ ਰੰਗ ਦੇ ਹਮਲਾਵਰ ਆਰੀਅਨ ਅਤੇ ਦ੍ਰਵਿੜ ਭਾਸ਼ਾ ਪਰਿਵਾਰ ਦੀਆਂ ਭਾਸ਼ਾਵਾਂ ਬੋਲਣ ਵਾਲੇ ਕਾਲੇ ਰੰਗ ਦੇ ਦੱਖਣ ਭਾਰਤੀਆਂ ਦੇ ਵਿਚਕਾਰ ਦਵੰਦ ਦਾ ਵਿਚਾਰ ਕੀਤਾ ਗਿਆ। ਡੰਡੀ ਯੂਰਪੀ ਭਾਸ਼ਾ ਪਰਿਵਾਰ ਦਾ ਪੂਰਾ ਪ੍ਰਪੰਚ 18ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿੱਚ ਵੀ ਵਿਲੀਅਮ ਜੌਨਸ ਵੱਲੋਂ ਕੋਲਕਾਤਾ ਦੇ ਇਸ਼ਟਿਕ ਸੁਸਾਇਟੀ ਵਿੱਚ ਦਿੱਤੇ ਗਏ ਪ੍ਰਵਚਨਾਂ ਰਾਹੀਂ ਰਚਿਆ ਗਿਆ ਸੀ। ਡੰਡੀ ਉਹਨਾਂ ਦੀ ਇਹ ਕਲਪਨਾਸ਼ੀਲਤਾ ਉਪਨਿਵੇਸ਼ਵਾਦ ਦੀ ਭਾਸ਼ਾਈ ਵਿਚਾਰਧਾਰਾ ਦੀ ਦੇਣ ਸੀ। ਡੰਡੀ ਤੀਜਾ ਉਪਨਿਵੇਸ਼ਵਾਦੀ ਬੌਧਿਕਤਾ ਦੇ 94 ਨੁਮਾਇੰਦਿਆਂ ਦੇ ਰੂਪ ਵਿੱਚ ਅੰਗਰੇਜ਼ ਪ੍ਰਸਤ ਪ੍ਰਾਚੀਨਵਾਦੀਆਂ ਨੇ ਹੀ ਭਾਰਤੀ ਕਿਰਦਾਰ ਅਤੇ ਯੂਰਪੀ ਕਿਰਦਾਰ ਦੀ ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਅਤੇ ਭਾਰਤੀ ਰਵਾਇਤੀ ਗਿਆਨ ਅਤੇ ਪੱਛਮੀ ਗਿਆਨ ਦੀ ਸਰਬ ਉੱਚਤਾ ਦਾ ਪਹਿਲਾ ਦਾਅਵਾ ਪੇਸ਼ ਕੀਤਾ। ਡੰਡੀ 1820 ਦੇ ਦਹਾਕੇ ਦੇ ਆਖਰੀ ਵਰ੍ਹਿਆਂ ਤੱਕ ਬਰਤਾਨਵੀ ਉਪਨਿਵੇਸ਼ਵਾਦ ਦੇ ਸੱਭਿਆਚਾਰਕ ਰਾਜਨੀਤੀ ਖਾਸੇ ਅੱਗੇ ਵੱਧ ਚੁੱਕੀ ਸੀ ਅਤੇ ਉਪਨਿਵੇਸ਼ਵਾਦੀਆਂ ਨੇ ਆਪਣੀ ਜਿੱਦ ਛੱਡ ਕੇ ਭਾਰਤ ਵਿੱਚ ਅੰਗਰੇਜ਼ੀ ਸਿੱਖਿਆ ਲਾਗੂ ਕਰਨ ਦਾ ਮਨ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਡੰਡੀ ਇਸੇ ਦੌਰਾਨ ਅੰਗਰੇਜ਼ਾਂ ਦੇ ਆਸਰੇ ਪੈਦਾ ਹੋਏ ਭਾਰਤੀ ਮੱਧ ਵਰਗ ਦੇ ਪ੍ਰਤੀਨਿਧੀਆਂ ਨੇ ਭਾਰਤੀ ਗਿਆਨ ਦੀ ਹੇਠੀ ਦਾ ਤਰਕ ਪੇਸ਼ ਕਰਦਿਆਂ ਸਿੱਖਿਆ ਦੇ ਖੇਤਰ ਵਿੱਚ ਅੰਗਰੇਜ਼ੀ ਭਾਸ਼ਾ ਦੇ ਰਾਹੀਂ ਪੱਛਮੀ ਗਿਆਨ ਦੀ ਮੰਗ ਸ਼ੁਰੂ ਕਰ ਦਿੱਤੀ ਸੀ। ਡੰਡੀ ਸਿੱਖਿਆ ਭਾਸ਼ਾ ਗਿਆਨ ਦੇ ਉਪਨਿਵੇਸ਼ਕ ਸਮੀਕਰਨ ਇਸੇ ਮੁਕਾਮ ਤੇ ਆ ਕੇ ਪ੍ਰਵਾਨ ਚੜਨ ਲੱਗੇ ਸਨ। ਡੰਡੀ ਅੰਗਰੇਜ਼ ਪ੍ਰਸਤ ਪ੍ਰਾਚੀਨਵਾਦੀ ਉੱਦਮ ਦਾ ਪਿਛੋਕੜ ਨਾ ਹੁੰਦਾ ਤਾਂ ਇਹ ਸਮੀਕਰਨ ਸਫਲ ਨਹੀਂ ਸਨ ਹੋ ਸਕਦੇ। ਡੰਡੀ ਪਰਾ ਅੰਗਰੇਜ਼ ਪ੍ਰਸਤ ਪ੍ਰਾਚੀਨਵਾਦ ਦੀ ਸਭ ਤੋਂ ਵੱਡੀ ਸਫਲਤਾ ਇਹ ਸੀ ਕਿ ਉਸਨੇ ਭਾਰਤ ਦੇ ਬੁੱਧੀਜੀਵੀਆਂ ਦੀ ਨਵੀਂ ਪੀੜ੍ਹੀ ਨੂੰ ਪੱਛਮੀ ਸਭਿਅਤਾ ਦਾ ਵਿਚੋਲਾ ਬਣਾ ਲਿਆ। ਡੰਡੀ ਇਹ ਸ਼ਾਇਦ ਸੁਣਨ ਵਿੱਚ ਕੌੜਾ ਜ਼ਰੂਰ ਲੱਗਦਾ ਹੈ, ਪਰ ਸੱਚਾਈ ਇਹ ਹੈ ਕਿ ਅੰਗਰੇਜ਼ੀ ਪ੍ਰਧਾਨ ਸਿੱਖਿਆ ਪ੍ਰਣਾਲੀ ਨੇ ਸਾਡਾ ਨੇਤਾ ਪ੍ਰਾਚੀਨ ਅਤੇ ਮੱਧ ਯੁੱਗ ਦੇ ਭਾਰਤੀ ਗਿਆਨ ਨਾਲੋਂ ਤੋੜ ਦਿੱਤਾ। ਡੰਡੀ ਇਸੇ ਕਾਰਨ ਅੱਜ ਜੋ ਅਸੀਂ ਪੜ੍ਹਦੇ ਸੁਣਦੇ ਹਾਂ ਉਹ ਪੱਛਮੀ ਗਿਆਨ ਹੀ ਹੈ। ਡੰਡੀ ਦਰਅਸਲ ਪੱਛਮੀ ਗਿਆਨ ਹੀ ਸਾਡੇ ਲਈ ਗਿਆਨ ਦਾ ਇੱਕ ਲੋਤਾ ਸਰੂਪ ਬਣ ਚੁੱਕਾ ਹੈ। ਡੰਡੀ ਭਾਰਤੀ ਸਿੱਖਿਆ ਪ੍ਰਣਾਲੀ ਦੇ ਨਤੀਜਿਆਂ ਦੀ ਭਿਆਨਕਤਾ ਸਪੇਨੀਆਂ ਅਤੇ ਪੁਰਤਗਾਲੀਆਂ ਵੱਲੋਂ ਅਮਰੀਕੀ ਮਹਾਂਦੀਪ ਤੇ ਗੁਲਾਮੀ ਠੋਸਣ ਨਾਲੋਂ ਘੱਟ ਨਹੀਂ ਹੈ। ਡੰਡੀ ਇਸਦਾ ਕਾਰਨ ਸਪਸ਼ਟ ਹੈ। ਡੰਡੀ ਇੱਥੇ ਇਸਦਾ ਨਤੀਜਾ ਲੱਖਾਂ ਲੋਕਾਂ ਦੇ ਕਤਲੇਆਮ ਵਿੱਚੋਂ ਨਿਕਲਿਆ ਜਾਂ ਤਾਂ ਉਹਨਾਂ ਦੇ ਜ਼ਮੀਨ ਵਿੱਚ ਛੇ ਫੁੱਟ ਹੇਠਾਂ ਗੱਢ ਦਿੱਤਾ ਗਿਆ ਜਾਂ ਸਾੜ ਦਿੱਤਾ ਗਿਆ। ਡੰਡੀ ਭਾਰਤੀ ਸਿੱਖਿਆ ਪ੍ਰਣਾਲੀ ਨੇ ਉਸ ਨਾਲੋਂ ਵੀ ਜ਼ਿਆਦਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸੇ ਤਰ੍ਹਾਂ ਦੇ ਕੈਦ ਖਾਨਿਆਂ ਵਿੱਚ ਬੰਦ ਕਰ ਦਿੱਤਾ ਹੈ, ਉਹਨਾਂ ਦੇ ਦਿਮਾਗਾਂ ਨੂੰ ਲਕਵਾ ਮਾਰ ਚੁੱਕਾ ਹੈ।
ਇੱਕ ਤਰ੍ਹਾਂ ਨਾਲ ਉਹ ਮ੍ਰਿਤਕ ਹਨ। ਡੰਡੀ 6 ਫੁੱਟ ਹੇਠਾਂ ਦਫਨ ਕਰ ਦਿੱਤੇ ਗਏ। ਅਮੈਰੀਕਨ ਇੰਡੀਆਨਾ ਅਤੇ ਉਹਨਾਂ ਦੇ ਵਿਚਕਾਰ ਦਾ ਅੰਤਰ ਸਿਰਫ ਇਹ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਧਰਤੀ ਦੇ ਉੱਤੇ ਚੱਲਣ ਦਾ ਵਿਖਾਵਾ ਕਰ ਸਕਦੇ ਹਨ। ਡੰਡੀ ਇਹੀ ਕਾਰਨ ਹੈ ਕਿ ਭਾਰਤ ਦੀ ਆਜ਼ਾਦੀ ਦੇ 7 ਦਹਾਕੇ ਤੋਂ ਵੀ ਜ਼ਿਆਦਾ ਸਮਾਂ ਹੋਣ ਦੇ ਬਾਵਜੂਦ ਭਾਰਤ ਦੇ ਸਮਾਜ ਵਿਗਿਆਨੀ ਕਿਸੇ ਵੀ ਤਰ੍ਹਾਂ ਦੀ ਨਵੀਂ ਸਿਧਾਂਤਕਤਾ ਦੀ ਰਚਨਾ ਕਰਨ ਵਿੱਚ ਅਸਮਰੱਥ ਰਹੇ ਹਨ। ਡੰਡੀ ਉਹਨਾਂ ਦੇ ਮਨ ਵਿੱਚ ਵਸਿਆ ਹੋਇਆ ਕੋਲੰਬਸ ਉਹਨਾਂ ਨੂੰ ਪੱਛਮੀ ਗਿਆਨ ਦੀ ਕਾਰਬਨ ਕਾਪੀ ਬਣਨ ਤੋਂ ਵਧੇਰੇ ਕੁਝ ਕਰਨ ਹੀ ਨਹੀਂ ਦਿੰਦਾ। ਡੰਡੀ ਜ਼ਾਹਰ ਹੈ ਕਿ ਭਾਰਤੀ ਬੌਧਿਕਤਾ ਦੀ ਕੋਲੰਬਸ ਤੋਂ ਮੁਕਤੀ ਲਈ ਸਾਨੂੰ ਬਹੁਤ ਲੰਬਾ ਇੰਤਜ਼ਾਰ ਕਰਨਾ ਪਵੇਗਾ। ਡੰਡੀ ਲੋ ਜੀ ਸਾਰੇ ਪਏ ਹੋ ਗਏ, ਇਹਨੂੰ ਲਿਖੋ, ਪੜ੍ਹੋ, ਟੈਪ ਕਰੋ ਜਿੰਨਾ ਹੁੰਦਾ, ਠੀਕ ਆ, ਲੱਗੇ ਰਹੋ ਬਸ, ਹੋਰ ਤਾਂ ਕੁਛ ਕਰ ਨਹੀਂ ਸਕਦੇ। ਠੀਕ ਹੈ, ਸਰਕਾਰਾਂ ਦੇ ਅੰਦਰ ਸਾਰਾ ਕੁਛ ਹੈਗਾ, ਆਪਾਂ ਤਾਂ ਮਿਹਨਤ ਕਰ ਸਕਦੇ ਹਾਂ ਅਤੇ ਬਾਕੀ ਤੁਹਾਡੀ ਮਰਜ਼ੀ ਹੈ, ਤੁਸੀਂ ਕਮੈਂਟ ਕਰ ਸਕਦੇ, ਕਰਨਾ ਕੀ ਹੈਗਾ। ਮੈਂ ਤੁਹਾਨੂੰ ਆਪਦੇ ਵਿਚਾਰ ਦੱਸ ਚੁੱਕਾ ਪਹਿਲਾਂ ਬਹੁਤ ਵਾਰੀ, ਹੁਣ ਤੁਹਾਡਾ ਮੂਡ ਵੇਖਦੇ ਹਾਂ, ਤੁਹਾਡੇ 'ਚ ਹਿੰਮਤ ਵੇਖਦੇ ਹਾਂ, ਤੁਹਾਡੇ 'ਚ ਜਜ਼ਬਾ ਹੈ, ਜੋਸ਼ ਹੈ, ਨੌਜਵਾਨੀ ਜਵਾਨੀ ਹੈ, ਜਾਂ ਨਹੀਂ ਆ ਜੋਸ਼ ਹੁੰਦਾ ਉਹ ਹੈ ਕਿ ਨਹੀਂ ਹੈ। ਠੀਕ ਆ, ਕਮੈਂਟ ਕਰਨੇ ਸੌਖੇ ਆ, ਐਂ ਕਰਦੇ ਨੇ ਜੋ ਕਰ ਦਿੰਦੇ ਹਾਂ, ਅਤੇ ਕੁਸਕਣ ਵਾਲਾ ਨਿਕਲਣ ਵਾਲਾ ਬੰਦਾ ਬਹੁਤ ਘੱਟ ਹੈਗੇ ਆ। ਠੀਕ ਆ, ਉਹ ਮੈਨੂੰ ਹੁਣ ਲੱਗ ਗਿਆ ਇਹਦੇ ਵਿੱਚ, ਜਿੰਨਾ ਆਪਾਂ ਹੁਣ ਇਸ ਕੀਤੀ ਆ, ਵੀਡੀਓ ਪਾਈਆਂ, ਗੱਲਾਂ ਕੀਤੀਆਂ ਸਟੂਡੈਂਟਾਂ ਨਾਲ, ਗਰੁੱਪ ਪੂਰੇ ਪੰਜਾਬ ਦੇ ਵਿੱਚੋਂ ਮੇਰੇ ਕੋਲ ਹੁਣ ਇਸ ਟਾਈਮ 17 ਜ਼ਿਲ੍ਹਿਆਂ ਦੇ ਅਲੱਗ ਅਲੱਗ ਗਰੁੱਪ ਹੈਗੇ ਆ, ਅਤੇ ਜਿਨ੍ਹਾਂ ਵਿੱਚ ਸਟੂਡੈਂਟ ਕਾਫੀ ਹੈਗੇ ਆ, ਅਤੇ ਉਹਨਾਂ 'ਚੋਂ ਬੋਲਣ ਵਾਲੇ ਬੰਦੇ ਹੈ ਨਹੀਂਗੇ, ਸੰਘਰਸ਼ ਕਰਨ ਵਾਲੇ ਬੰਦੇ ਹੈ ਨਹੀਂਗੇ, ਬਸ ਜੈ ਪਿੱਛੇ ਨਾਰੇ ਲਾਉਣ ਵਾਲੇ, ਉਹ ਉਹਨਾਂ ਨੂੰ ਐਂ ਵੀ ਅੱਗੇ ਬੰਦਾ ਲੱਗੇ ਤੁਹਾਨੂੰ ਉਹ ਕੁੱਟ ਖਾਵੇ, ਇਹ ਪਿੱਛੇ ਬਸ ਜੈ ਹੋ ਜੈ ਕਰਨ ਵਾਲੇ ਆ। ਚਲੋ ਕੋਈ ਗੱਲ ਨਹੀਂ, ਦੇਖਦੇ ਹਾਂ ਰੱਬ ਕਿੱਥੇ ਲਿਜਾਂਦਾ ਆਪਾਂ ਨੂੰ, ਕੀ ਗਾਬਾਂ ਦੀ ਸਿਚੁਏਸ਼ਨ ਕਰਾਂਗੇ ਜੋ ਹੋ ਸਕਦਾ ਹੋਇਆ। ਠੀਕ ਆ, ਤੁਸੀਂ ਆਪਦਾ ਦਿਲ ਕਰੋ, ਤਾਕਤਵਰ ਬਣਾਓ ਦਿਲ ਨੂੰ, ਜੋ ਜੋਸ਼ ਲਿਆਓ, ਜੋ ਜਵਾਨੀ ਆਪਣੇ ਵਿੱਚ ਹੈਗੀ ਆ, ਵੀ ਵੇਟ ਕਰ ਕਰਕੇ ਕਦੋਂ ਜਾਵਾਂਗੇ ਆਪਾਂ। ਠੀਕ ਆ, ਮਿਹਨਤ ਕਰਨੀ ਹੈਗੀ ਆਪਾਂ। ਚਲੋ ਠੀਕ ਆ ਜੀ, ਕੋਈ ਗੱਲ ਨਹੀਂ, ਕਰੋ ਕਮੈਂਟ ਜੋ ਗੱਲ ਹੁੰਦੀ ਹੈ। ਠੀਕ ਆ ਜੀ, ਥੈਂਕ ਯੂ ਜੀ।